ਮੋਂਗਾ ਨਾਜ਼ਰੀਨ ਇਹ ਅੰਡਾ ਕਿਵੇਂ ਲਗਾ ਹੋਇਆ ਹੈ ਇਹ ਬਿਲਕੁਲ ਦੇਖੇ ਆਪ ਵੀ ਦੇਖ ਸਕਦੇ ਆ ਬਿਲਕੁਲ ਨੇਚਰਲ ਹੈ ਦੇਖ ਲੈ ਇਹ ਕੋਈ ਫੇਕ ਨਹੀਂ ਹੈ ਓ ਯਾਰ ਆਂਡੇ ਕੁਕੜੀ ਦਾ ਦਿੰਦੀ ਸੁਣਿਆ ਸੀ ਬੇਲਾ ਵੀ ਦੇਣ ਲੱਪਈਆਂ ਹਣ ਇੱਕ ਨਵਾਂ ਕਾਂਡ ਹੋ ਗਿਆ ਤੁਹਾਨੂੰ ਸ਼ਾਇਦ ਪਤਾ ਲੱਗਿਆ ਹੋਵੇ ਜਾਂ ਨਹੀਂ ਲੱਗਿਆ ਹੋਵੇ ਜੇ ਨਹੀਂ ਲੱਗਾ ਤਾਂ ਮੈਂ ਦੱਸਦਾ ਹਾਂਜੀ ਬਾਬਿਓ ਕੀ ਹਾਲ ਲੈ ਚੱਲੇ ਆ ਤੁਹਾਡੇ ਹੋਰ ਵਧੀਆ ਠੀਕ ਠਾਕ ਹੋ ਗੱਲਬਾਤ ਅੱਜ ਕਰਨੀ ਸੀ ਐਮਰਜੈਂਸੀ ਕੋਟੇ ਦੇ ਵਿੱਚ ਆਇਆ ਮੈਂ ਅੱਜ ਕਹਿ ਲੋ ਗੱਲਬਾਤ ਇਦਾਂ ਦੀ ਆ ਮੈਂ ਤਾਂ ਹੈਰਾਨ ਹੀ ਰਾਣੀ ਹੋ ਗਿਆ ਉਹ ਯਾਰ ਆਂਡੇ ਕੁਕੜੀ ਤਾਂ ਦਿੰਦੀ ਸੁਣਿਆ ਸੀ ਬੇਲਾ ਵੀ ਦੇਣ ਲੱ ਪਈਆਂ ਹੁਣ ਇੱਕ ਨਵਾਂ ਕਾਂਡ ਹੋ ਗਿਆ ਤੁਹਾਨੂੰ ਸ਼ਾਇਦ ਪਤਾ ਲੱਗਿਆ ਹੋਵੇ ਜਾਂ ਨਹੀਂ ਲੱਗਿਆ ਹੋਵੇ ਜੇ ਨਹੀਂ ਲੱਗਾ ਤਾਂ ਮੈਂ ਦੱਸਦਾ ਗੱਲਬਾਤ ਇਦਾਂ ਹੋਈ ਚਾਈਨਾ ਨੇ ਇੱਕ ਆਈਟਮ ਹੋਰ ਘੜ ਦਿੱਤੀ ਇੱਕ ਇਦਾਂ ਦਾ ਬੀਜ ਤਿਆਰ ਕੀਤਾ ਜਿਹੜਾ ਖੇਤਾਂ ਦੇ ਵਿੱਚ ਅਗਾ ਦਿਓ ਤੇ ਾਂਡੇ ਹੋਣਗੇ ਬੇਲਾਂ ਦੇ ਵਿੱਚ ਮੈਨੂੰ ਲੱਗਦਾ ਤੁਹਾਨੂੰ ਮਜ਼ਾਕ ਲੱਗਦਾ ਹੋਣਾ ਇਹ ਪਰ ਮਜ਼ਾਕ ਨਹੀਂ ਹੋ ਮੈਂ ਤੁਹਾਨੂੰ ਵੀਡੀਓ ਵੀ ਦਿਖਾਨਾ ਮਤਲਬ ਾਂਡੇ ਲੱਗਿਆਂ ਦੀ ਵੀਡੀਓ ਦਿਖਾਨਾ ਬੇਲਾਂ ਦੇ ਉੱਤੇ ਲੱਗਿਓ ਤੋੜਦਿਆਂ ਦੀ ਇਸ ਤੋਂ ਤਾਂ ਤੁਹਾਨੂੰ ਯਕੀਨ ਹੋ ਜਾਊਗਾ ਨਾ ਕਿੱਥੇ ਜਾਣ ਡਿਆ ਮੁਲਖ ਮਤਲਬ ਮੁਲਖ ਕੀ ساری ਦੁਨੀਆ ਕਿੱਥੇ ਜਾਣ ਡਈ ਆ ਰੱਬ ਨੂੰ ਸਿੱਧਾ ਚੈਲੰਜ ਕਰਦੇ ਇਹਨਾਂ ਨੂੰ ਹਜੇ ਵੀ ਟਿਕਾਈ ਨਹੀਂ ਆਈ ਕਹਿਣ ਦਾ ਪਾ ਜਰਦੀ ਜਿੱਦਾ ਪੀਲੀ ਜਰਦੀ ਹੁੰਦੀ ਆ ਵਿੱਚ ਉਵੇਂ ਹੀ ਉਦਾਂ ਉਹਦੇ ਵਿੱਚ ਵੀ ਹੈਗੀ ਆ ਕੋਈ ਦਿੱਕਤ ਨਹੀਂ ਯਾਰ ਮੈਨੂੰ ਇਹ ਨਹੀਂ ਸਮਝ ਲੱਗਦੀ ਇਹ ਹੁੰਦਾ ਕੀ ਪਿਆ ਜੇ ਤੁਹਾਨੂੰ ਕੁਝ ਪਤਾ ਲੱਗਦਾ ਜਾਂ ਇਹਦੇ ਬਾਰੇ ਮਤਲਬ ਤੁਹਾਨੂੰ ਹੋਰ ਪਤਾ ਲੱਗਦਾ ਤੇ ਮੈਨੂੰ ਜ਼ਰੂਰ ਦੱਸਿਓ ਪਰ ਮੈਂ ਖੁਦ ਇੰਨਾ ਘ ਹੈਰਾਨ ਆ ਕਿ ਇੱਕ ਬੇਲ ਦੇ ਉੱਤੋਂ ਫਿਰ ਕਵਰ ਵੀ ਉਦਾਂ ਦਾ ਹੀ ਜਿਵੇਂ ਆਂਡੇ ਦਾ ਨਾਰਮਲ ਹੀ ਹੁੰਦਾ ਨਾ ਛਿੱਲੜ ਜਿਹੜਾ ਕਹਿੰਦੇ ਆ ਉਹ ਵੀ ਉਦਾਂ ਦਾ ਹੀ ਯਾਰ ਕੀ ਹੋਣ ਰਿਹਾ ਹੈ ਮੈਂ ਤਾਂ ਕੋਈ ਨਹੀਂ ਸਮਝ ਲੱਗਦੀ ਮੈਂ ਬਿਲਕੁਲ ਹੈਰਾਨ ਆ ਇਸ ਕਰਕੇ ਰਾਤ ਨੂੰ ਅੱਜ ਮਤਲਬ ਹੁਣ ਇਸ ਵੇਲੇ ਵੀਡੀਓ ਬਣਾ ਰਿਹਾ ਨਹੀਂ ਤਾਂ ਹੁਣ ਨੂੰ ਤਾਂ ਪੈਜੀ ਦਾ ਮਤਲਬ ਕਹ ਲਓ ਕੋਈ ਫਿਲਮ ਫਿਲਮ ਦੇਖ ਲਈਦੀ ਆ ਇੰਨਾ ਔਖਾ ਹੋ ਗਿਆ ਕੀ ਹੱਲ ਹੋਵੇ ਇਹਨਾਂ ਦਾ ਚਾਈਨਾ ਵਾਲਿਆਂ ਦਾ ਇਹਨਾਂ ਨੇ ਕਦੀ ਸੁਧਰਨਾ ਜਾਂ ਨਹੀਂ ਸੁਧਰਨਾ ਤੇ ਇੱਕ ਗੱਲ ਹੋਰ ਇਹਨਾਂ ਨੇ ਸਾਨੂੰ ਇੰਡੀਆ ਵਾਲਿਆਂ ਨੂੰ ਉਹ ਬੀਜ ਨਹੀਂ ਦਿੱਤਾ ਇਹਨਾਂ ਨੇ ਉਹ ਪਾਕਿਸਤਾਨ ਵਾਲਿਆਂ ਨੂੰ ਦਿੱਤਾ ਪਾਕਿਸਤਾਨ ਮੇਰੇ ਹਿਸਾਬ ਨਾਲ ਜੋ ਪਾਕਿਸਤਾਨ ਦੀ ਲਾਗਤ ਹੈ ਨਾ ਇੰਡੀਆ ਦੀ ਲਾਗਤ ਕਹਿ ਲੋ ਕਿ 70 ਪੈਸੇ 80 ਪੈਸੇ ਦੇ ਵਿੱਚ ਇੱਕ ਆਂਡਾ ਤਿਆਰ ਹੁੰਦਾ ਪਿਆ ਤੇ ਇੱਥੇ तकरीबन 6 ਤੋਂ 7 ਰੁਪਏ ਆਂਡਾ ਹੈ ਪਾਕਿਸਤਾਨ ਦੇ ਵਿੱਚ 1.5 ਰੁਪਏ ਦਾ ਆਂਡਾ ਤਿਆਰ ਹੁੰਦਾ ਉਹ ਵਾਲਾ ਬੀ ਲਾਲ ਤੇ 6 ਰੁਪਏ ਦਾ ਉਹਨਾਂ ਦਾ ਉਹ ਡੀਲਰ ਆ ਜਿਹੜੇ ਉਹ ਲੈਂਦੇ ਆ ਅੱਗੇ 20 ਰੁਪਏ 22 ਰੁਪਏ ਦਾ ਵੀ ਜਾਂਦਾ ਆਂਡਾ 21 ਰੁਪਏ ਦਾ ਆਂਡਾ ਜਾਂਦਾ ਤੁਸੀਂ ਸੋਚੋ ਪਾਕਿਸਤਾਨ ਦੇ ਵੀ ਹਾਲਾਤ ਇਕ ਕਿਰਪਾ ਦਾ ਜਾਂਦਾ ਇੰਨੀ ਮਹਿੰਗਾਈ ਉੱਥੇ ਕਿਉਂ ਆ ਸਾਡੇ ਫੇ ਆਪਾਂ ਕਹਿੰਨੇ ਰਹੇ ਨੇ ਸਾਡੇ ਮਹਿੰਗਾਈ ਵੱਧ ਗਈ ਇਦਾਂ ਹੋ ਗਿਆ ਉਦਾਂ ਹੋ ਗਿਆ ਅਸੀਂ 20 ਰੁਪਏ ਦਾ ਅੰਡਾ ਤਾਂ ਨਹੀਂ ਲੈਨੇ ਚਲੋ 10 ਦਾ ਵੀ ਨਹੀਂ ਲੈਨੇ ਉਹਨਾਂ ਦਾ ਉਹਨਾਂ ਦਾ ਆਪੂ ਸੋਚੋ ਕਿ ਕੱਲਾ ਇਹ ਹੀ ਨਹੀਂ ਉਹਨਾਂ ਦੇ ਦੁੱਧ ਦੇ ਰੇਟ ਵੀ ਵੱਧ ਨੇ ਸਾਰਾ ਕੁਝ ਵੱਧ ਨੇ ਉੱਥੇ ਦੀ ਸਰਕਾਰ ਨੂੰ ਵੀ ਇਹ ਚਾਹੀਦਾ ਚੀਜ਼ਾਂ ਸੋਚਣੀਆਂ ਚਾਹੀਦੀਆਂ ਬਾਕੀ ਗੱਲ ਰਹੀ ਆਹ ਅੰਡੇ ਵਾਲੀ ਮੈਂ ਤੁਹਾਨੂੰ ਵੀਡੀਓ ਦਿਖਾਣਾ ਤੁਸੀਂ ਵੀ ਹੈਰਾਨ ਹੋ ਜਾਓਗੇ ਯਾਰ ਬਿਲਕੁਲ ਜਿੱਦਾਂ ਅਸੀਂ ਹੋਏ ਹਾਂ ਪਾਕਿਸਤਾਨ ਦੇ ਵਿੱਚ ਇਹਨਾਂ ਦੀ ਖੇਤੀ ਹੋਣ ਲੱਗ ਪਈ ਆ ਹੁਣ ਅੱਗੇ-ਅੱਗੇ ਦੇਖੋ ਜੇ ਪਾਕਿਸਤਾਨ ਦੇ ਵਿੱਚ ਆ ਗਿਆ ਪਾਕਿਸਤਾਨ ਤੋਂ ਇੰਡੀਆ ਆਈ ਜਾਣ ਪਰ ਇਹ ਕਾਰ ਜਿਹੜੀ ਗੱਡੀ ਆ ਚਾਈਨਾ ਵਾਲਿਆਂ ਨੇ ਗੱਡੀ ਜੋ ਉਲਟੇ ਸਿੱਧੇ ਕੰਮ ਆ ਜੋ ਸਾਲਾ ਲੱਲੇ ਭੱਬੇ ਛਿੰਦੇ ਮਿੰਦੇ ਆ ਨਾ ਉਹ ਚਾਈਨਾ ਦੇ ਕੋਲ ਆ ਬਾਕੀ ਕੀ ਕਰੀਏ ਹੁਣ ਕੀ ਕਹਿ ਸਕਦੇ ਆ ਅਸੀਂ ਨਾਲ ਦੇਖ ਰਹੇ ਹਾਂ ਕਿ ਜੋ ਅੰਡਾ ਹੈ ਇਹ ਬਿਲਕੁਲ ਫਸਲ ਦੇ ਸਾਥ ਹੈ ਅਸੀਂ ਇਸ ਕੋ ਤੋੜਾਂਗੇ ਉਸ ਦੇ ਬਾਅਦ isko sir aap apne hathon se tode tod gaya naunga nazreen ye anda kaise laga hua hai ye bilkul dekhiye aap bhi dekh sakte hain bilkul natural hai dekh le ye koi fake nahi hai ek dafa to aapke liye bhi yakeen karna mushkil hoga lekin aapko dekh kar to manna padega baki ek gal aur mera veer je channel te naye ha subscribe kar liyo share kar diyo like kar diyo baki main tade naal hi ha love you ha